ਸੋ ਆਉਣ ਵਾਲੇ ਦਿਨਾਂ 'ਚ ਬੀਂਗ ਏ ਸਪੋਰਟਸ ਮਿਨਿਸਟਰ ਮੇਰਾ ਵੀ ਕੱਲ੍ਹ ਮੈਂ ਗੱਲ ਕੀਤੀ ਸੀ ਮੀਤ ਹੇਅਰ ਜੀ, ਉਹ ਵੀ ਇੰਟਰੈ ਬਹੁਤ ਸਪੋਰਟਸ ਲਵਰ ਨੇ ਅਤੇ ਸਪੋਰਟਸ ਮਿਨਿਸਟਰ ਰਹੇ ਨੇ, ਅਤੇ ਹਰਮਨ ਹੋਰਾਂ ਨਾਲ ਵੀ ਗੱਲ ਕਰਦੇ ਹਾਂ, ਅਤੇ ਆਈ ਐੱਚ ਐੱਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਵਿਹਲਾ ਟਾਈਮ ਹੋਵੇ, ਹੁਣ ਤਾਂ ਚੈਂਪੀਅਨ ਟਰੋਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ, ਜਦੋਂ ਵੀ ਵਿਹਲਾ ਟਾਈਮ ਹੋਵੇ, ਕੋਈ ਚਾਰ ਦੇਸ਼ਾਂ ਦਾ ਮੋਹਾਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ, ਟੂਰਨਾਮੈਂਟ ਕਰਾਈਏ, ਜਿਵੇਂ ਇੰਡੀਆ, ਬੈਲਜੀਅਮ, ਸਪੇਨ, ਜਾਂ ਫਿਰ ਇੰਡੀਆ, ਸਪੇਨ, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀਆਂ, ਅਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ, ਅਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣਗੀਆਂ, ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਉਤਸ਼ਾਹ ਹੁੰਦਾ, ਹਰ ਲੋਕ ਹਰ ਰੋਜ਼ ਉੱਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ। ਗੋਲੇ ਦੇ ਵਿੱਚ ਸਾਡੇ ਪਲੇਅਰ ਨੇ, ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ, ਹੈ ਨਾ, ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ, ਹੈ ਨਾ, ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ, ਤਾਂ ਕੋਈ ਗੇਮ ਇਹੋ ਜਿਹੀ ਨਹੀਂ ਜਿਹੜੀ ਅਸੀਂ ਛੱਡੀਏ। ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ, ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ, ਸੁਨਾਮ ਦੇ ਇਲਾਕੇ 'ਚ ਬੋਕਸਿੰਗ ਹੈ, ਸੰਗਰੂਰ ਸੁਨਾਮ ਬੋਕਸਿੰਗ ਬਹੁਤ ਚੱਲੇ, ਉੱਥੇ ਬੋਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ, ਇਹਨਾਂ ਦਾ ਜਲੰਧਰ ਏਰੀਆ, ਮਿੱਠਾਪੁਰ, ਸੰਸਾਰਪੁਰ, ਕੈਂਟ ਏਰੀਆ, ਇਹ ਸਾਰਾ ਹਾਕੀ ਦਾ ਗਾੜਾ ਹਾਕੀ ਦਾ, ਉੱਥੇ ਹਾਕੀ ਨਾਲ ਰਿਲੇਟਡ ਉਹ ਮਿਲਣ, ਹੈ ਨਾ, ਅਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ। ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ, ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ, ਉੱਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਨੇ, ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫਿਰ ਸ਼ੁਰੂ ਹੋ ਜਾਣਗੀਆਂ, ਫਿਰ ਉਹਦੇ 'ਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ, ਸਕੂਲਾਂ ਤੋਂ, ਤਹਿਸੀਲਾਂ 'ਚੋਂ, ਜ਼ਿਲ੍ਹਿਆਂ 'ਚੋਂ, ਉਹ ਅੱਗੇ ਜਾਣਗੇ। ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੂਗੀ, ਔਰ ਜਦੋਂ ਮਰਜ਼ੀ ਉਹਨਾਂ ਨੂੰ, ਇਹਨਾਂ ਨੂੰ ਨੌਕਰੀਆਂ ਵੀ, ਇਹਨਾਂ ਨੂੰ ਤਰੱਕੀਆਂ ਵੀ, ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲੀਆਂ ਹੁੰਦੀਆਂ ਨੇ, ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੁਣ ਮੈਨੂੰ ਕੀ ਮਿਲ ਜੂਗਾ, ਤਰੱਕੀਆਂ ਵੀ ਦੇਵਾਂਗੇ, ਮੈਨੂੰ ਅੱਜ ਗੱਲ ਕੀਤੀ ਹਰਮਨ ਨੇ ਮੇਰੇ ਨਾਲ। ਸੋ ਜਿੱਥੇ ਡਿਜ਼ਰਵ ਕਰਦੇ ਨੇ, ਨਾਲ ਇਹ ਵੀ ਹੈ ਹਜੇ ਖੇਡੀ ਜਾਓ, ਇਹ ਨਾ ਹੋਵੇ ਤੁਹਾਨੂੰ ਨਾਕਿਆਂ 'ਤੇ ਡਿਊਟੀ ਲੱਗੀ ਹੋਵੇ ਤੁਹਾਡੀ, ਹੈ ਨਾ, ਤੁਸੀਂ ਉੱਥੇ ਨਾਕਿਆਂ 'ਤੇ ਲੋਕਾਂ ਨੂੰ ਹੱਥ ਦਿੰਦੇ ਫਿਰਦੇ ਹੋ, ਜਿੰਨਾ ਚਿਰ ਹਾਕੀ ਖੇਡਣੀ ਹੈ ਪਹਿਲਾਂ ਖੇਡ ਲਓ, ਨੌਕਰੀ ਕਿਤੇ ਨਹੀਂ ਜਾਂਦੀ, ਜਿੰਨੀ ਸਮਝ ਲਓ ਜੇ ਖੇਡੀ ਜਾਂਦੇ ਹੋ ਤੁਹਾਡੀ ਸੀਨੀਓਰਿਟੀ ਜਿਹੜੀ ਹੈ ਉਹ ਇੱਧਰੋਂ ਪੁਲਿਸ ਵਾਲੀ ਵਧੀ ਜਾਊਗੀ, ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ, ਚਾਰ ਨੇ ਨਾ ਪੰਜਾਬ ਪੁਲਿਸ ਵਾਲੇ, ਚਾਰ ਪਲੇਅਰ ਪੰਜਾਬ ਪੁਲਿਸ ਦੇ ਨੇ ਇਸ ਟੀਮ ਦੇ ਵਿੱਚ। ਸੋ ਆਉਣ ਵਾਲੇ ਦਿਨਾਂ 'ਚ ਬੀਂਗ ਏ ਸਪੋਰਟਸ ਮਿਨਿਸਟਰ ਮੇਰਾ ਵੀ ਕੱਲ੍ਹ ਮੈਂ ਗੱਲ ਕੀਤੀ ਸੀ ਮੀਤ ਹੇਅਰ ਜੀ, ਉਹ ਵੀ ਇੰਟਰੈ ਬਹੁਤ ਸਪੋਰਟਸ ਲਵਰ ਨੇ ਅਤੇ ਸਪੋਰਟਸ ਮਿਨਿਸਟਰ ਰਹੇ ਨੇ, ਅਤੇ ਹਰਮਨ ਹੋਰਾਂ ਨਾਲ ਵੀ ਗੱਲ ਕਰਦੇ ਹਾਂ, ਅਤੇ ਆਈ ਐੱਚ ਐੱਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਵਿਹਲਾ ਟਾਈਮ ਹੋਵੇ, ਹੁਣ ਤਾਂ ਚੈਂਪੀਅਨ ਟਰੋਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ, ਜਦੋਂ ਵੀ ਵਿਹਲਾ ਟਾਈਮ ਹੋਵੇ, ਕੋਈ ਚਾਰ ਦੇਸ਼ਾਂ ਦਾ ਮੋਹਾਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ, ਟੂਰਨਾਮੈਂਟ ਕਰਾਈਏ, ਜਿਵੇਂ ਇੰਡੀਆ, ਬੈਲਜੀਅਮ, ਸਪੇਨ, ਜਾਂ ਫਿਰ ਇੰਡੀਆ, ਸਪੇਨ, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀਆਂ, ਅਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ, ਅਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣਗੀਆਂ, ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਉਤਸ਼ਾਹ ਹੁੰਦਾ, ਹਰ ਲੋਕ ਹਰ ਰੋਜ਼ ਉੱਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ।
ਗੋਲੇ ਦੇ ਵਿੱਚ ਸਾਡੇ ਪਲੇਅਰ ਨੇ, ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ, ਹੈ ਨਾ, ਤੀਰਅੰਦਾਜ਼ੀ ਸਾਡੀਆਂ ਕੁੜੀਆਂ ਨੇ, ਹੈ ਨਾ, ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ। ਤਾਂ ਕੋਈ ਗੇਮ ਇਹੋ ਜਿਹੀ ਨਹੀਂ ਜਿਹੜੀ ਅਸੀਂ ਛੱਡੀਏ। ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ। ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ। ਸੁਨਾਮ ਦੇ ਇਲਾਕੇ 'ਚ ਬੋਕਸਿੰਗ ਹੈ, ਸੰਗਰੂਰ ਸੁਨਾਮ ਬੋਕਸਿੰਗ ਬਹੁਤ ਚੱਲੇ, ਉੱਥੇ ਬੋਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ। ਇਹਨਾਂ ਦਾ ਜਲੰਧਰ ਏਰੀਆ, ਮਿੱਠਾਪੁਰ, ਸੰਸਾਰਪੁਰ, ਕੈਂਟ ਏਰੀਆ, ਇਹ ਸਾਰਾ ਹਾਕੀ ਦਾ ਗੜ੍ਹ ਹੈ, ਹਾਕੀ ਦਾ, ਉੱਥੇ ਹਾਕੀ ਨਾਲ ਰਿਲੇਟਡ ਉਹ ਮਿਲਣ, ਹੈ ਨਾ। ਅਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ। ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ, ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ, ਉੱਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਨੇ। ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫਿਰ ਸ਼ੁਰੂ ਹੋ ਜਾਣਗੀਆਂ, ਫਿਰ ਉਹਦੇ 'ਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ, ਸਕੂਲਾਂ ਤੋਂ, ਤਹਿਸੀਲਾਂ 'ਚੋਂ, ਜ਼ਿਲ੍ਹਿਆਂ 'ਚੋਂ, ਉਹ ਅੱਗੇ ਜਾਣਗੇ। ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੂਗੀ, ਔਰ ਜਦੋਂ ਮਰਜ਼ੀ ਉਹਨਾਂ ਨੂੰ, ਇਹਨਾਂ ਨੂੰ ਨੌਕਰੀਆਂ ਵੀ, ਇਹਨਾਂ ਨੂੰ ਤਰੱਕੀਆਂ ਵੀ, ਨੌਕਰੀਆਂ, ਕਈ ਵਾਰੀ ਨੌਕਰੀਆਂ ਮਿਲੀਆਂ ਹੁੰਦੀਆਂ ਨੇ, ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੁਣ ਮੈਨੂੰ ਕੀ ਮਿਲ ਜੂਗਾ, ਤਰੱਕੀਆਂ ਵੀ ਦੇਵਾਂਗੇ। ਮੈਨੂੰ ਅੱਜ ਗੱਲ ਕੀਤੀ ਹਰਮਨ ਨੇ ਮੇਰੇ ਨਾਲ, ਸੋ ਜਿੱਥੇ ਡਿਜ਼ਰਵ ਕਰਦੇ ਨੇ, ਨਾਲ ਇਹ ਵੀ ਹੈ ਹਜੇ ਖੇਡੀ ਜਾਓ, ਇਹ ਨਾ ਹੋਵੇ ਤੁਹਾਨੂੰ ਨਾਕਿਆਂ 'ਤੇ ਡਿਊਟੀ ਲੱਗੀ ਹੋਵੇ ਤੁਹਾਡੀ, ਹੈ ਨਾ, ਤੁਸੀਂ ਉੱਥੇ ਨਾਕਿਆਂ 'ਤੇ ਲੋਕਾਂ ਨੂੰ ਹੱਥ ਦਿੰਦੇ ਫਿਰਦੇ ਹੋ। ਜਿੰਨਾ ਚਿਰ ਹਾਕੀ ਖੇਡਣੀ ਹੈ ਪਹਿਲਾਂ ਖੇਡ ਲਓ, ਨੌਕਰੀ ਕਿਤੇ ਨਹੀਂ ਜਾਂਦੀ, ਜਿੰਨੀ ਸਮਝ ਲਓ ਜੇ ਖੇਡੀ ਜਾਂਦੇ ਹੋ ਤੁਹਾਡੀ ਸੀਨੀਓਰਿਟੀ ਜਿਹੜੀ ਹੈ ਉਹ ਇੱਧਰੋਂ ਪੁਲਿਸ ਵਾਲੀ ਵਧੀ ਜਾਊਗੀ। ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ, ਚਾਰ ਨੇ ਨਾ ਪੰਜਾਬ ਪੁਲਿਸ ਵਾਲੇ, ਚਾਰ ਪਲੇਅਰ ਪੰਜਾਬ ਪੁਲਿਸ ਦੇ ਨੇ ਇਸ ਟੀਮ ਦੇ ਵਿੱਚ।